ਕੈਰੀਅਰ ਵਾਲੇ ਦਵਿੰਦਰ ਖੱਟੜਾ ਜੀ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਹਨਾਂ ਦੇ ਸਪੁੱਤਰ ਇੰਦਰਜੀਤ ਖੱਟੜਾ ਜੀ ਹੋ ਸਕਦੇ ਨੇ ਇੱਕ ਸੰਭਾਵੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ। ਆਓ ਇਸ ਵਾਰੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵਡੇਰਾ ਸਾਹਿਬ ਅਤੇ ਵਾਲੀਆ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਫ਼ਤਰ ਚੱਲ ਕੇ ਆਏ ਹੋ ਜੀ, ਅਤੇ ਸਾਰੇ ਹਲਕੇ ਨੂੰ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਅਤੇ ਕਾਮਨਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ। ਜਿਵੇਂ ਕਿ ਆਪਾਂ ਇੰਦਰਜੀਤ ਜੀ ਦੇਖਿਆ, ਮੌਜੂਦਾ ਸਰਕਾਰ ਦੇ 4.5 ਸਾਲ ਪੂਰੇ ਹੋ ਚੁੱਕੇ ਨੇ, 6 ਮਹੀਨੇ ਰਹਿੰਦੇ ਨੇ ਅਤੇ ਕੁਦਰਤੀ ਗੱਲ ਹੈ ਨਵੀਂ ਸਰਕਾਰ ਬਣਨ ਦੇ ਵਿੱਚ ਅਤੇ ਚੁਣਾਵੀ ਸਰਗਰਮੀਆਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ, ਤਾਂ ਇਸ ਵਾਰੀ ਅਕਾਲੀ ਦਲ ਕਿਹੜਾ ਮੈਨੀਫੈਸਟੋ ਲੈ ਕੇ ਜਨਤਾ ਦੀ ਕਚਹਿਰੀ 'ਚ ਉਤਰ ਰਿਹਾ? ਗੱਲ ਇੱਦਾਂ ਵਾਲੀਆ ਸਾਹਿਬ, ਸਰਕਾਰਾਂ ਬਣਦੀਆਂ ਆਈਆਂ ਨੇ, ਬਣਦੀਆਂ ਰਹਿਣਗੀਆਂ, ਪਰ ਇੱਥੇ ਇੱਕ ਜਿਹੜੀ ਪੰਜਾਬ ਦੀ ਲੋਕਾਂ ਦੇ ਨਾਲ ਧੋਖਾ ਹੋਇਆ, ਸਰਕਾਰ ਜਿਹੜੀ ਕਾਂਗਰਸ ਸਰਕਾਰ ਅੱਜ ਦੀ ਸਰਕਾਰ ਆ, ਇਹਨਾਂ ਦੀ ਜਿਹੜੀ ਨੀਂਹ ਹੈ ਝੂਠ 'ਤੇ ਰੱਖੀ ਗਈ ਸੀ। ਪਹਿਲਾਂ ਤਾਂ ਇਹਨਾਂ ਨੇ ਸਾਰਾ ਕੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼, ਸਾਡੇ ਸੀਨੀਅਰ ਬਾਲ ਸਾਹਿਬ ਉਹਨਾਂ ਖਿਲਾਫ਼, ਸਾਰਿਆਂ ਖਿਲਾਫ਼ ਆਪਣੀ ਇੱਕ ਰਣਨੀਤੀ ਘੜੀ ਜੀ। ਪਰ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਜੀ, ਜਿਹੜੀ ਕਹਿੰਦੇ ਨੇ ਨਾ ਵੀ ਜਨਤਾ ਹੈ ਜਿਸ ਇਹ ਸਭ ਜਾਣਦੀ ਹੈ, ਅਤੇ ਇਹ ਜਿਹੜੀ ਸਰਕਾਰ ਦੀ ਨੀਂਹ ਉਹ ਝੂਠ 'ਤੇ ਰੱਖੀ ਗਈ ਹੋਵੇ, ਉਹਨਾਂ ਨੇ ਤਾਂ ਫੇਲ ਹੋਣਾ ਸੀਗਾ ਜੀ। ਹੁਣ ਪੰਜਾਬ ਦੀ ਜਨਤਾ ਇਸ ਗੱਲ ਨੂੰ ਵਿਚਾਰ ਰਹੀ ਹੈ। ਤੁਸੀਂ ਦੇਖੋ ਨਾ, ਇਹਨਾਂ ਨੇ ਨਸ਼ਿਆਂ ਦੀਆਂ ਮੁਕਾਉਣ ਲਈ ਝੂਠੀਆਂ ਸੌਹਾਂ ਖਾਧੀਆਂ, ਉਸ 'ਤੇ ਵੀ ਇਹ ਟੋਟਲੀ ਫੇਲ ਹੋ ਚੁੱਕੇ ਨੇ, ਗੁਟਕਾ ਸਾਹਿਬ ਦੀ ਸੌਹਾਂ ਝੂਠੀ ਖਾ ਕੇ। ਰੱਬ ਦੀ ਇਹ ਜੀ ਤਰਾਸਦੀ ਹੋਈ, ਪੂਰੀ ਦੁਨੀਆ ਦੇ ਵਿੱਚ ਇਹ ਤਰਾਸਦੀ ਆਈ ਜਿਹਨੂੰ ਆਪਾਂ ਕੋਵਿਡ-19 ਕਹਿ ਦਿੰਦੇ ਹਾਂ, ਇਹਦਾ ਖਾਮਿਆਜ਼ਾ ਸਾਰੀ ਮਾਨਵਤਾ ਦੇ ਨੂੰ ਭੁਗਤਣਾ ਪਿਆ। ਕੋਈ ਕੀ ਕਮੀਆਂ ਨੇ, ਹਰ ਇੱਕ ਦੇਸ਼ ਨੇ ਬਾਖੂਬੀ ਇਹਦੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਆ। ਮੈਂ ਗੱਲ ਕਰਦਾ ਵੀ ਪੰਜਾਬ ਦੀ, ਇੱਥੇ ਗੱਲਾਂ ਬਹੁਤ ਹੋਈਆਂ, ਪੋਸਟਰ ਵਾਰ ਚੱਲ ਰਹੀ ਆ, TV 'ਤੇ ਬਹੁਤ ਕੁਛ ਦੱਸਿਆ ਜਾ ਰਿਹਾ, ਪਰ ਸਰਕਾਰ ਇੱਥੇ 100% ਫੇਲ ਹੋਈ ਆ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਖੜਦਾ ਅਤੇ ਖੜਦਾ ਰਿਹਾ। ਜਿਵੇਂ ਕਿ ਤੁਹਾਨੂੰ ਪਤਾ, ਬਲਵੀਰ ਸਿੰਘ ਸਿੱਧੂ ਹੋਣੀ ਸਾਡੇ ਹੈਲਥ ਮਿਨਿਸਟਰ ਨੇ, ਕਿੱਡੇ ਵੱਡੇ ਘੁਟਾਲੇ ਮੂਹਰੇ ਆ ਰਹੇ ਨੇ। ਤੁਹਾਨੂੰ ਫਿਊਚਰ 'ਚ ਉਦੋਂ ਹੋਰ ਵੱਡੇ ਘੁਟਾਲੇ ਵੀ ਹਲੇ ਮੂਹਰੇ ਆ ਰਹੇ ਨੇ, ਚਾਹੇ ਉਹ ਵੈਕਸੀਨ ਘੁਟਾਲਾ ਹੋਵੇ, ਫਤਿਹ ਕਿੱਟ ਦਾ ਘੁਟਾਲਾ ਹੋਵੇ। ਮੈਂ ਸਮਝਦਾ ਵੀ ਇਹ ਬਹੁਤ ਬੜੀ ਨਲੈਕੀ ਸੀ। ਇੱਕ ਪਾਸੇ ਤਾਂ ਲੋਕਾਂ ਦੇ ਘਰੇ 70 ਵਿਛੇ ਹੋਏ ਨੇ, CM ਸਾਹਿਬ TV 'ਤੇ ਆ ਕੇ ਕਹਿੰਦੇ ਨੇ ਵੈਕਸੀਨ ਲਵਾਓ, ਐਡ ਕੀਤੀ ਜਾਂਦੀ ਆ ਕਿਤੇ ਕੈਂਪ ਆ, ਉੱਥੇ 500-500 ਬੰਦਾ, ਈਵਨ ਆਪਣੇ ਸ਼ਹਿਰ ਖੰਨੇ ਸ਼ਹਿਰ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਪੋਸਟਰ ਵਾਰ ਆਪਦੀ ਸਿਆਸਤ ਚਮਕਾਉਣ ਲਈ ਕੈਂਪਾਂ ਦੇ ਸਾਰੇ ਉਹ ਲਾਏ ਜਾ ਰਹੇ ਨੇ, ਪਰ ਉੱਥੇ ਜਦੋਂ ਇੰਜੈਕਸ਼ਨ ਕੋਈ ਵੈਕਸੀਨ ਲਵਾਉਣ ਜਾਂਦਾ, ਡੋਜ਼ਿਸ ਖਤਮ ਹੋ ਜਾਂਦੀਆਂ ਨੇ, ਨਿਰਾਸ਼ ਹੋ ਕੇ ਸਭ ਨੂੰ ਘਰੇ ਮੁੜਨਾ ਪੈਂਦਾ। ਸੋ ਸਾਡਾ ਜਿਹੜਾ ਮੇਨ ਪਾਰਟੀ ਦਾ ਮਕਸਦ ਇਹੀ ਰਹੂਗਾ, ਅਸੀਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਕਰਦੇ ਹਾਂ ਵੀ ਇਹ ਛੇਤੀ ਤੋਂ ਛੇਤੀ ਨਾਮਰਾਦ ਬਿਮਾਰੀ ਆ ਜਿਹੜੀ ਚਲੀ ਜਾਵੇ। ਪਰ ਅਸੀਂ ਅੱਜ ਵੀ ਤਤਪਰ ਹਾਂ, ਉਹਦੇ 'ਚ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਰੋਲ ਚੱਲ ਰਿਹਾ। ਅਸੀਂ ਇਲਾਕੇ ਵੰਡ ਕੇ ਸ਼੍ਰੋਮਣੀ ਕਮੇਟੀ ਨੇ, ਜਿਵੇਂ ਆਪਣੇ ਆਲਮਗੀਰ ਸਾਹਿਬ ਅਤੇ ਇੱਧਰ ਰੋਪੜ ਦੇ ਵਿੱਚ ਜੀ ਪ੍ਰੋਪਰ ਆਕਸੀਜਨ ਸਾਡੇ ਕੈਂਪ ਲਾਏ ਗਏ ਨੇ। ਜੇ ਕੋਈ ਵੀ, ਅਸੀਂ ਖੰਨੇ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ, ਸਾਰੇ ਹਲਕੇ ਨੂੰ, ਅਸੀਂ ਪੋਸਟਰ ਵੀ ਇਹਦੇ ਜਾਰੀ ਕੀਤੇ ਸੀ, ਕਿਸੇ ਨੂੰ ਕਿਸੇ ਕਿਸਮ ਦੀ ਇਸ ਰਿਲੇਟਡ ਬੈੱਡ ਨਹੀਂ ਮਿਲ ਰਿਹਾ ਜਾਂ ਕੁਛ ਨਹੀਂ ਹੋ ਰਿਹਾ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ 100% ਲੰਗਰ ਦਾ ਪ੍ਰਬੰਧ ਆ, ਨਾਲ ਜੇ ਕੋਈ ਪਰਿਵਾਰ ਦਾ ਜਾਂਦਾ ਉਹਦੇ ਲਈ ਵੀ ਲੰਗਰ ਦਾ ਪ੍ਰਬੰਧ ਆ। ਪਰ 80% ਤੋਂ ਉੱਤੇ ਜੇ ਕਿਸੇ ਦਾ 80 ਤੋਂ ਉੱਪਰ ਲੈਵਲ ਆਉਂਦਾ, ਉੱਥੇ ਤੁਹਾਡੇ ਨੂੰ ਬੈੱਡ ਮੁਹੱਈਆ ਕਰਾਏ ਜਾਂਦੇ ਨੇ, ਉਰੋਂ ਲਿਜਾਣ ਦਾ ਵੀ ਜਿਹੜਾ ਪ੍ਰਬੰਧ ਆ ਸਾਡੇ ਵੱਲੋਂ ਕੀਤਾ ਜਾਊਗਾ। ਸੋ ਜਿੰਨਾ ਜੋ ਕੁਛ ਇੱਕ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ। ਸੋ ਇਦੋਂ ਆਪਾਂ ਹੋਰ ਕੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜੀ। ਜਿੰਨਾ ਵੈਕਸੀਨਸ ਵੀ ਹੁਣ ਸ਼੍ਰੋਮਣੀ ਕਮੇਟੀ ਜਿੰਨੇ ਹੱਦ ਤੱਕ ਲੈ ਹੋ ਸਕਦੀ ਆ ਪ੍ਰਬੰਧ ਕਰਕੇ ਉਹ ਫਰੀ ਲਵਾ ਰਹੇ ਨੇ। ਇੱਕ ਆਪਾਂ ਇੰਦਰਜੀਤ ਜੀ ਦੇਖਿਆ ਵਾ ਵੀ ਕੁਦਰਤੀ ਗੱਲ ਹੈ, ਇਲੈਕਸ਼ਨ ਹੈ, ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਚੱਲਣੀ ਹੈ, ਕੋਵਿਡ ਸਾਰੀ ਦੁਨੀਆ ਇਸ ਚੀਜ਼ ਤੋਂ ਗ੍ਰਸਤ ਰਹੀ ਹੈ। ਬਟ ਹੁਣ ਆਪਾਂ ਐਟ ਪ੍ਰੈਜੈਂਟ ਦੇਖਿਆ ਵਾ ਕਿ ਪਹਿਲਾਂ ਵੈਕਸੀਨੇਸ਼ਨ ਨੂੰ ਲੈ ਕੇ ਕਰੂਰ ਪ੍ਰਚਾਰ ਹੋਇਆ ਜੀ ਵੀ ਇਹ ਤਾਂ ਗਲਤ ਹੈ, BJP ਦੀ ਪਾਰਟੀਕੁਲਰ ਹੈ, ਫਿਰ ਹੁਣ ਸਾਰੇ ਹੀ ਇਹ ਚੀਜ਼ ਨੂੰ ਮੋਟੀਵੇਟ ਕਰ ਰਹੇ ਨੇ, ਤਾਂ ਤੁਹਾਡੇ ਹਿਸਾਬ ਨਾਲ ਕਿੱਥੇ ਐਰਰ ਆਇਆ ਕਿ ਜਿਹਦੇ ਕਰਕੇ ਜਨਤਾ ਨੂੰ ਭਰਮ ਦਾ ਸ਼ਿਕਾਰ ਹੋਣਾ ਪਿਆ? ਇਹ ਦੇਖੋ ਜਿਹੜੀ ਇਹ ਵੈਕਸੀਨ ਆ, ਇਹ ਕਿਸੇ, ਮੈਂ ਇੱਥੇ ਇੱਕ ਗੱਲ ਨੂੰ ਕਰੈਕਟ ਕਰਨਾ ਚਾਹੂੰਗਾ, ਜੋ ਦੇਸ਼ ਨੂੰ ਚਲਾਉਣ ਵਾਲੀ ਕੋਈ ਵੀ ਸਰਕਾਰ ਹੋਵੇ ਉਹਦਾ ਕ੍ਰੈਡਿਟ ਨਹੀਂ ਲੈ ਸਕਦੀ। ਉਹ ਜਿਹੜੀ ਸਰਕਾਰ ਹੁੰਦੀ ਆ ਉਹ ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਆ। ਜਿਹੜੀ ਵੈਕਸੀਨ ਦੀ ਗੱਲ ਸੀਗੀ, ਵੈਕਸੀਨ ਤਾਂ WHO ਵੱਲੋਂ ਪ੍ਰਮਾਣਿਤ ਆ, ਅਤੇ ਕਦੇ ਜਦੋਂ ਵੀ ਕੋਈ ਇਹੋ ਜਿਹੀ ਕੋਈ ਵੀ
ਤਰਾਸਦੀ ਆਉਂਦੀ ਆ ਤਾਂ ਨੈਚੁਰਲ ਆ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਡਰ ਹੋਣਾ ਹੁੰਦਾ ਵੀ ਇਹਦੇ ਕੀ ਅੱਗੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਣਗੇ। ਪਰ ਜਿਹੜੀ WHO ਉਹਦੇ 'ਚ ਦੁਨੀਆ ਦੇ ਮਾਸਟਰ ਮਾਈਂਡ ਡਾਕਟਰਸ ਬੈਠੇ ਨੇ, ਉਹਨਾਂ ਨੇ ਪੂਰੀ ਆਪਣੀ ਜਾਨ ਲਾਤੀ ਜੀ ਉਹਦੇ ਉਹਨੂੰ ਰਿਸਰਚ ਕਰਨ ਦੇ ਵਿੱਚ, ਅਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਭਰਮ ਲੋਕਾਂ ਦੇ ਵਿੱਚ ਕੁਛ ਹੱਦ ਤੱਕ ਰਹਿ ਚੁੱਕਿਆ। ਠੀਕ ਆ, ਕੁਛ ਪਰਸੈਂਟ ਲੋਕ ਹੁੰਦੇ ਨੇ ਜਿਹੜੇ ਸ਼ਰਾਰਤ ਕਰਦੇ ਨੇ, ਪਰ ਸਾਡੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਆ ਜਿੱਥੇ ਵੈਕਸੀਨ ਉਪਲਬਧ ਹੋ ਰਹੀ ਆ ਉੱਥੇ ਜਾਓ ਅਤੇ ਵੈਕਸੀਨੇਟ ਹੋਵੋ, ਕਿਉਂਕਿ ਵੈਕਸੀਨ ਤੁਹਾਨੂੰ ਇਹਦਾ ਇੰਪੈਕਟ ਘਟਾ ਦਿੰਦੀ ਆ। ਜਿਹੜਾ ਕਰੋਨਾ ਦਾ ਇੰਪੈਕਟ ਤੁਹਾਡੇ ਸਰੀਰ ਦੇ ਉੱਤੇ ਜਾਨਲੇਵਾ ਹੁੰਦਾ ਉਸਨੂੰ ਇਹ ਘਟਾ ਦਿੰਦੀ ਹੈ ਜੀ। ਸੋ ਮੈਨੂੰ ਨਹੀਂ ਲੱਗਦਾ ਹੈਗਾ ਵੀ ਹੁਣ ਲੋਕਾਂ ਦੇ ਵਿੱਚ ਇਸ ਦੇ ਵਿੱਚ ਕਾਫੀ ਹੱਦ ਤੱਕ ਕਲੈਰਿਟੀ ਆ ਚੁੱਕੀ ਹੈ। ਬਹੁਤ ਵਧੀਆ ਗੱਲ ਇੰਦਰ ਜੀ ਦੀ, ਵੀ ਦੁਨੀਆ ਜਾਗਰੂਕ ਹੋ ਚੁੱਕੀ ਹੈ। ਸਰ ਆਪਾਂ ਦੇਖਿਆ ਵੈ ਕਿ 2022 ਹੁਣ ਕੋਈ ਜ਼ਿਆਦਾ ਦੂਰ ਨਹੀਂ ਹੈਗਾ, ਕਰੋਨਾ ਕਰਕੇ ਹਰੇਕ ਜਗ੍ਹਾ ਦੀ ਡਿਵੈਲਪਮੈਂਟ ਦੇ ਉੱਤੇ ਅਸਰ ਪਿਆ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਇਹੋ ਜਿਹਾ ਰੋਡ ਮੈਪ ਤਿਆਰ ਕੀਤਾ ਵੈ ਕਿ ਜੇਕਰ 2022 ਦੇ ਵਿੱਚ ਮੌਕਾ ਜਨਤਾ ਫਤਵਾ ਤੁਹਾਡੇ ਹੱਕ 'ਚ ਦਿੰਦੀ ਹੈ, ਵੀ ਜਿਹੜੇ ਡਿਵੈਲਪਮੈਂਟ ਦੇ ਰੁਕੇ ਹੋਏ ਕਾਰਨ ਨੇ ਇਹਨਾਂ ਨੂੰ ਕਿਵੇਂ ਰਫ਼ਤਾਰ ਦਿੱਤੀ ਜਾਊਗੀ? ਪਹਿਲਾਂ ਇਹਦੇ ਵਿੱਚ ਤੁਸੀਂ ਬਹੁਤ ਸੋਹਣਾ ਕੁਸ਼ਚਨ ਕੀਤਾ ਵਾਲੀਆ ਸਾਹਿਬ, ਅਤੇ ਇੱਕ ਗੱਲ ਦੀ ਮੈਂ ਵਧਾਈ ਜ਼ਰੂਰ ਇਹ 'ਚ ਐਡ ਕਰਨਾ ਚਾਹੁੰਦਾ, ਸਾਡੇ ਪਰਿਵਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਧਾ ਹੋਇਆ ਜੀ। ਸਾਡਾ BSP ਨਾਲ ਸਮਝੌਤਾ ਜਿਹੜਾ ਹੋਇਆ ਜੀ ਉਹਦੇ 'ਚ ਬਹੁਤ ਲੋਕਾਂ ਦੀਆਂ ਮੁਬਾਰਕਾਂ ਆ ਰਹੀਆਂ ਨੇ ਜੀ, ਅਤੇ ਲੋਕ ਪੱਬਾਂ ਭਾਰ ਹੋ ਚੁੱਕੇ ਨੇ ਇਸ ਗੱਲ ਦੇ ਉੱਤੇ। ਇੱਕ ਵਰਗ ਜਿਹਨੂੰ ਪਛੜਿਆ ਵਰਗ ਕਿਹਾ ਜਾਂਦਾ ਜੀ, ਹਾਲਾਂਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਪਹਿਰਾ ਦੇਣ ਵਾਲੇ ਹਾਂ, ਕੋਈ ਪਛੜਿਆ ਨਹੀਂ ਕੋਈ ਅੱਗੇ ਨਹੀਂ, ਇਨਸਾਨ ਇਨਸਾਨ ਹੁੰਦਾ। ਪਰ ਜਿਹੜੇ ਇਹ ਲੋਕ ਪੁਆਇੰਟ ਆਊਟ ਕਰ ਰਹੇ ਨੇ, ਜਿਵੇਂ ਕਿ ਕੱਲ੍ਹ ਮੈਂ ਰਵਨੀਤ ਸਿੰਘ ਬਿੱਟੂ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹਨਾਂ ਨੇ ਉਹਦੇ ਵਿੱਚ ਨਾ ਮੈਨੂੰ ਸਮਝ ਨਹੀਂ ਆਈ, ਸ਼ਾਇਦ ਬਿੱਟੂ ਸਾਹਿਬ ਤੁਸੀਂ MP ਹੋ, ਤੁਸੀਂ ਸਤਿਕਾਰਯੋਗ ਹੋ, ਤੁਹਾਨੂੰ ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ, ਅਤੇ ਤੁਸੀਂ ਕਹਿੰਦੇ ਚੋਰ ਚੋਰ ਮਸੇਰੇ ਪਾਈ, ਤੁਸੀਂ BSP ਵਾਲਿਆਂ ਨੂੰ ਵੀ ਚੋਰ ਕਹਿਤਾ ਅਤੇ ਅਕਾਲੀ ਦਲ ਨੂੰ ਵੀ ਚੋਰ ਕਹਿਤਾ। ਉਹਨਾਂ ਦੀ ਇੰਟਰਵਿਊ ਆ ਜੀ, ਅਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਪਵਿੱਤਰ ਸੀਟਾਂ ਨੇ ਜਿਹੜੀਆਂ ਉਹ ਜੀ BSP ਨੂੰ ਦੇਤੀਆਂ। ਕੀ ਗੱਲ, BSP ਵਾਲੇ ਅਨਪਵਿੱਤਰ ਨੇ ਜੀ? ਇਹ ਤਾਂ ਮੈਂ ਤਾਂ ਹੈਰਾਨ ਹਾਂ ਉਹਨਾਂ ਤੋਂ ਵੀ ਉਹਨਾਂ ਦਾ ਇਹ ਜਿਹੜਾ ਕਹਿਣ ਦਾ ਢੰਗ ਸੀ, ਪਤਾ ਨਹੀਂ ਉਹਨਾਂ ਦੀ ਸੋਚ ਦੇ ਵਿੱਚ ਕੀ ਬੜਿਆ ਹੋਇਆ। ਇਹ ਉਹੀ ਲੋਕ ਨੇ, ਉਹੀ ਸਰਮਾਏਦਾਰ ਨੇ ਜਿਹੜੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਨਹੀਂ ਆਉਣ ਦੇਣਾ ਚਾਹੁੰਦੇ, ਜਿਨ੍ਹਾਂ ਦੇ ਮਨ ਦੇ ਵਿੱਚ ਸਦਾ ਇਹਨਾਂ ਲਈ ਵਿਰੋਧ ਰਹੂਗਾ। ਇੱਕ ਆਪਾਂ ਇੰਦਰ ਜੀ ਜੀ ਦੇਖਿਆ ਜਿਵੇਂ ਕਿ BSP ਦੇ ਨਾਲ ਹੁਣ ਆਪਣਾ ਅਲਾਇੰਸ ਹੋ ਗਿਆ, ਇਹ ਅਲਾਇੰਸ ਦਾ ਭਵਿੱਖ ਤੁਸੀਂ ਕਿਸ ਰੂਪ ਦੇ ਵਿੱਚ ਦੇਖਦੇ ਹੋ? ਦੇਖੋ, ਇਹ ਅਲਾਇੰਸ ਦਾ ਭਵਿੱਖ ਬਹੁਤ ਇੱਕ ਚਾਨਣ ਮਨਾਰਾ ਪੈਦਾ ਹੋਣ ਵਾਲਾ। ਤੁਸੀਂ ਦੇਖਿਓ ਬਈ ਜਿਹੜੇ ਪੰਜਾਬ ਦੇ ਲੋਕ ਨੇ, ਸਾਡਾ ਹਮੇਸ਼ਾ ਨਾਰਾ ਰਿਹਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਅਤੇ ਉਹ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੂ। ਇਸ ਦਾ ਬਹੁਤ ਵੱਡੇ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵੱਡਾ ਇੰਪੈਕਟ ਪੈਣ ਵਾਲਾ, ਅਤੇ ਅਸੀਂ ਆਸ ਕਰਦੇ ਹਾਂ ਇਹ ਸਾਡਾ ਜਿਹੜਾ ਅਲਾਇੰਸ ਆ ਇਹ ਸਦਾ ਹੀ ਬਣਿਆ ਰਹੂਗਾ ਜੀ। ਅਤੇ ਸਰ, ਜਿਹੜਾ ਇਸ ਵਾਰੀ ਆਪਾਂ ਦੇਖਿਆ ਵੈ ਕਿ ਡਿਪਟੀ CM ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਜਿਵੇਂ ਕਿ ਸੁਖਬੀਰ ਬਾਦਲ ਜੀ ਦੇ ਵੱਲੋਂ ਬਿਆਨ ਆਇਆ ਸੀਗਾ, ਤੁਹਾਡੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕ ਕਹਿ ਰਹੇ ਨੇ ਕਿ ਇਹ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਜਿਹੜਾ BSP ਨੂੰ ਨਾਲ ਆਪਾਂ ਅਲਾਇੰਸ ਕੀਤਾ ਗਿਆ, ਤਾਂ ਇਹਦੇ 'ਤੇ ਜ਼ਰੂਰ ਕੋਈ ਸਪਸ਼ਟੀਕਰਨ ਬਣਦਾ ਸਰ? ਦੇਖੋ ਜੀ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਇੱਕ ਸਾਡੇ ਪ੍ਰਧਾਨ ਜੀ ਦੀ ਜਿਹੜੀ ਸੋਚ ਆ ਅਸੀਂ ਉਹਨੂੰ ਸਲਾਮ ਕਰਦੇ ਹਾਂ ਜੀ। ਜੇ ਉਹਨਾਂ ਨੇ ਇਹ ਗੱਲ ਕਹੀ ਆ ਜੀ, ਪਾਰਟੀ ਦਾ ਫੈਸਲਾ ਡਿਪਟੀ CM ਜੇ ਵੀ ਅਸੀਂ ਭਾਈਚਾਰੇ 'ਚ ਹੋਊ ਤਾਂ ਉਹ ਹੋਊਗਾ ਜੀ, ਡੈਫੀਨੇਟਲੀ ਹੋਊਗਾ, ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੇ ਸ਼ਬਦਾਂ ਲਈ ਮੰਨੇ ਗਏ ਨੇ, ਜਿਹੜੀ ਉਹਨਾਂ ਨੇ ਕਮਿਟਮੈਂਟ ਕਰਤੀ ਉਹ ਹੈਗੀ ਆ ਜੀ। ਅੰਤ ਦੇ ਵਿੱਚ ਇੰਦਰ ਜੀ ਲਾਸਟ ਸਵਾਲ ਹੈ, ਕੀ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੋਗੇ? ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ, ਆਪਾਂ ਸਾਰੇ ਜਿਹੜੀ ਇਹ COVID-19 ਜਿਹੜੀ ਹੁਣ ਚੱਲ ਰਹੀ ਆ ਮਹਾਂਮਾਰੀ, ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਵੀ ਆਪਾਂ ਨੂੰ ਪ੍ਰੋਟੋਕੋਲਸ ਆਉਂਦੇ ਨੇ ਉਹਨੂੰ ਆਪਾਂ ਕਰੀਏ ਜੀ, ਉਹਨੂੰ ਆਪਾਂ ਉਹਦੇ 'ਤੇ ਪਹਿਰਾ ਦੇਈਏ, ਅਤੇ ਵੱਧ ਤੋਂ ਵੱਧ ਆਪਾਂ ਵੈਕਸੀਨੇਸ਼ਨ ਨੂੰ ਜ਼ਰੂਰ ਧਿਆਨ 'ਚ ਰੱਖੀਏ, ਆਪਾਂ ਵੈਕਸੀਨੇਟ ਹੋਈਏ। ਦੂਸਰੀ ਮੇਰੀ ਹੱਥ ਜੋੜ ਕੇ ਬੇਨਤੀ ਆ, ਮੈਂ ਆਪਾਂ ਇਹ ਚਾਹੁੰਦੇ ਹਾਂ ਵੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ, ਆਪਸੀ ਭਾਈਚਾਰਾ ਬਣਾ ਕੇ ਜ਼ਰੂਰ ਰੱਖੋ, ਪ੍ਰੇਮ ਅਤੇ ਇਤਫਾਕ ਨਾਲ ਰਹੀਏ। ਅੱਗੇ ਇਲੈਕਸ਼ਨ ਈਅਰ ਆ ਰਿਹਾ, ਇੱਕ ਦੂਜੇ ਨਾਲ ਪ੍ਰੇਮ ਨਾਲ ਵੋਟ ਜਿਹਨੇ ਜਿੱਥੇ ਪਾਉਣੀ ਆ ਹਰੇਕ ਨੇ ਆਪਣਾ ਮਨ ਬਣਾਇਆ ਹੋਇਆ, ਪਰ ਸਾਰਿਆਂ ਨਾਲੋਂ ਪਹਿਲਾਂ ਸਾਡਾ ਆਪਸੀ ਭਾਈਚਾਰਾ ਬਹੁਤ ਜ਼ਿਆਦਾ ਜ਼ਰੂਰੀ ਆ, ਜਿਹੜਾ ਕਿ ਬਿਲਕੁਲ ਵੀ ਟੁੱਟਣਾ ਨਹੀਂ ਚਾਹੀਦਾ ਜੀ। ਅਤੇ ਅੰਤ ਵਿੱਚ ਮੈਂ ਇਹੀ ਆਸ ਕਰਦਾ ਅਤੇ ਆਪਾਂ ਸਾਰੇ ਅਰਦਾਸ ਕਰੀਏ ਚਾਹੇ ਪ੍ਰਭੂ ਦੇ ਚਰਨਾਂ ਦੇ ਵਿੱਚ ਵੀ ਆਪਾਂ ਇਸ ਨਾਮ ਰਾਤ ਬਿਮਾਰੀ ਤੋਂ ਆਪਣਾ ਛੁਟਕਾਰਾ ਹੋ ਸਕੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ ਜੀ। ਜਿਵੇਂ ਕਿ ਤੁਸੀਂ ਇੰਦਰਜੀਤ ਜੀ ਦੀ ਗੱਲ ਸੁਣੀ, ਉਹਨਾਂ ਨੇ ਕਿਹਾ ਵੀ ਠੀਕ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਬਟ ਜਿਹੜੀ ਆਪਣੀ ਭਾਈਚਾਰਕ ਸਾਂਝ ਆ ਆਪਾਂ ਉਹਨੂੰ ਨਾ ਖੋਈਏ, ਅਤੇ ਜਿਹੜੀ ਇੱਕ ਇਲੈਕਸ਼ਨ ਦੀ ਗਰਿਮਾ ਵੈ ਗਰਿਮਾ ਤੋਂ ਹੇਠਾਂ ਨਾ ਗਿਰੀਏ। ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਕੈਂਡੀਡੇਟਸ ਖੰਨੇ ਤੋਂ ਖੜਨਗੇ, ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ। ਭਵਿੱਖ ਦੇ ਵਿੱਚ ਵੀ ਇਹ ਜਿਹੜਾ ਵੋਟਾਂ ਤੱਕ ਹੁਣ ਜਾਰੀ ਰਹੂਗਾ। ਮੈਂ ਹਰਪ੍ਰੀਤ ਆਲੂਵਾਲੀਆ, ਮੇਰੇ ਸਾਥੀ ਵਿੱਕੀ ਵਡੇਰਾ ਜੀ, ਥੈਂਕ ਯੂ ਵੈਰੀ ਮੱਚ।